ਮੈਂ ਨਹੀਂ ਇਹ ਮੈਂ ਤੈਨੂੰ ਸੋਹਣੀ ਲੱਗਣੀ ਹੈ ਮੈਂ ਨਹੀਂ ਤੈਨੂੰ ਕੀ ਸੋਹਣਾ ਲੱਗਦਾ ਮੈਂ ਮੈਨੂੰ ਬਾਬਾ ਸਾਜਰ ਸ਼ਾਹ ਵਾਲੀ ਸਰਕਾਰ ਜਿਹੜੇ ਨੇ ਉਹ ਸੋਹਣੇ ਲੱਗਦੇ ਮੈਂ ਮੈਨੂੰ ਉਹੀ ਸੋਹਣੇ ਲੱਗਦੇ ਚਲਾਓ ਤਾਂ ਦੁਨੀਆਂ ਦੀ ਕੋਈ ਚੀਜ਼ ਸ਼ਿੰਗਾਰ ਕਰਕੇ ਮੇਰੇ ਕੋਲ ਆ ਜਾਏ ਨਾ ਮੈਨੂੰ ਵੀ ਸੋਹਣੀ ਲੱਗਦੀ ਮੈਂ ਉਹਨਾਂ ਨੂੰ ਕਹਿੰਦਾ ਇਹ ਰੱਦੀ ਫੂਕ ਇਹ ਤੂੰ ਜਾਣਾ ਹੈ ਕਿ ਜਾਂ ਨਹੀਂ ਜਾਣਾ ਕਿਉਂ ਨਹੀਂ ਜਾਣਾ ਮੈਂ ਜਦੋਂ ਮੇਰੀ ਮਰਜ਼ੀ ਹੈਗੀ ਨਿਕਲ ਜਾਣੀ ਨਾਲੇ ਤੁਹਾਡੇ ਨਾਲ ਮੈਨੂੰ ਕੰਮ ਹੀ ਨਹੀਂ ਹੈ ਅਤੇ ਮੇਰੇ ਨਾਲ ਤੁਹਾਨੂੰ ਜਿਹੜਾ ਕੰਮ ਹੈ ਤੁਸੀਂ ਦੱਸੋ ਮੈਨੂੰ ਕਿਹੜਾ ਕੰਮ ਹੈ ਇਹ ਸਾਨੂੰ ਤੇਰੇ ਨਾਲ ਬੜਾ ਖਾਸ ਕੰਮ ਹੈ ਤੈਨੂੰ ਆਹ ਖੜਨਾ ਤੈਨੂੰ ਖੜਨਾ ਹੈ ਤੈਨੂੰ ਆਹ ਖੜਨਾ ਮੈਂ ਕਿਹਾ ਖੜਨਾ ਕਿੱਥੇ ਹੈ ਇਹ ਉਹ ਤਾਂ ਤੈਨੂੰ ਅੱਗੇ ਜਾ ਕੇ ਦੱਸਾਂਗੇ ਤੈਨੂੰ ਕਿੱਥੇ ਖੜਨਾ ਕਿੱਥੇ ਖੜਨਾ ਮੈਂ ਵੀ ਇਹ ਤੁਹਾਡੇ ਜ਼ਰੂਰਤ ਪੈਂਦੀ ਹੈ ਅਤੇ ਤੁਸੀਂ ਆ ਜਾਓ ਮੈਂ ਆ ਜਾਓ ਘਬਰਾਇਆ ਮੈਂ ਬਿਲਕੁਲ ਨਹੀਂ ਘਬਰਾਇਆ ਨਾ ਮੈਂ ਜੀ ਤੁਹਾਡੇ ਜ਼ਰੂਰਤ ਪੈਂਦੀ ਹੈ ਅਤੇ ਤੁਸੀਂ ਮੇਰੇ ਲਾਗੇ ਆ ਜਾਓ ਆ ਕੇ ਬਹਿ ਜਾਓ ਲਾਗੇ ਬਹਿ ਜਾਓ ਜੋ ਗੱਲ ਹੈ ਮੇਰੇ ਨਾਲ ਕਰ ਲਓ ਬਹਿ ਕੇ ਇੱਕ ਆਉਂਦੀ ਹੈ ਅਤੇ ਇੱਧਰ ਵਾਲੀ ਜਿਹੜੀ ਆਉਂਦੀ ਹੈ ਨਾ ਆਉਂਦੀ ਹੈ ਨਾ ਲਾਗੇ ਨਾ ਚਾਹੇ ਫੂਕ ਚੜੇਗਾ ਫੂਕ ਚੜੇਗਾ ਫੂਕ ਚੜੇਗਾ ਦੂਸਰੀ ਆਉਂਦੀ ਹੈ ਫਿਰ ਮੈਂ ਆਉਣ ਲੱਗੀ ਹਾਂ ਫਿਰ ਮੈਂ ਵੇਖਣੀ ਹੈ ਭਾਅ ਮੈਨੂੰ ਫੂਕ ਉਹ ਬੇਬੇ ਜਾਨੀ ਉੱਧਰੋਂ ਉੱਠ ਕੇ ਉਹਨੂੰ ਉਹਨੇ ਬਾਹੋਂ ਇੱਥੋਂ ਪੁੱਠੋਂ ਫੜ ਲਿਆ ਇਹ ਖਬਰਦਾਰ ਲੱਗੇ ਨਹੀਂ ਗਈ ਇਹਨੇ ਫੂਕ ਚੜਨਾ ਹੀ ਫੂਕ ਫੂਕੀ ਗਈ ਤਾਂ ਮੈਂ ਹੀ ਫੂਕੀ ਹਾਂ ਗਲਤੀ ਨਹੀਂ ਇਹ ਜਿੱਥੋਂ ਬੋਲਦੇ ਪਏ ਤੁਸੀਂ ਇਹਨਾਂ ਦੀ ਗੱਲਾਂ ਸੁਣੋ ਇਹ ਕਹਿੰਦੀ ਮੈਨੂੰ ਤਾਂ ਬੜਾ ਸਰੂਰ ਆਉਣ ਡਿਆ ਗੱਲਾਂ ਸੁਣ ਸੁਣ ਕੇ ਅਤੇ ਤੈਨੂੰ ਤੂੰ ਕਿਸ ਤਰ੍ਹਾਂ ਕਹਿੰਦੀ ਕਿ ਮੈਂ ਤੇਰੇ ਨਾਲ ਮੈਨੂੰ ਕੰਮ ਹੈ ਅਤੇ ਮੈਂ ਤੇਰੇ ਨਾਲ ਕੁਛ ਕਰਨਾ ਉਹ ਅੱਗੋਂ ਜਵਾਬ ਦਿੰਦੇ ਨੇ ਕਿ ਹਾਂ ਤਾਂ ਕਿਸੇ ਨਾਲ ਕੱਖ ਨਹੀਂ ਕਰਨਾ ਨਾ ਸਾਨੂੰ ਕਿਸੇ ਨਾਲ ਕੰਮ ਹੈ ਜੇ ਤੁਹਾਨੂੰ ਕੰਮ ਹੈ ਤਾਂ ਆ ਜਾਓ ਇਹ ਫਿਰ ਬਈ ਤੁਸੀਂ ਸਾਡੇ ਨਾਲ ਤਗੜੇ ਤੁਸੀਂ ਸਾਡੇ ਨਾਲ ਤਗੜੇ ਅੱਲਾ ਪਾਕ ਤੁਹਾਡੀ ਜ਼ਿੰਦਗੀ ਦਾ ਬਾਕੀ ਹੈ ਕਿ ਇਹ ਜਿਹੜਾ ਟਾਈਮ ਹੈ ਨਾ ਤੁਹਾਡੇ ਵਾਸਤੇ ਚੰਗਾ ਨਹੀਂ ਮੈਂ ਜੀ ਸਾਡੇ ਕੋਲ ਸਾਨੂੰ ਜਿਹੜਾ ਹੀ ਟਾਈਮ ਸਾਡੇ ਅੱਗੇ ਚੱਲ ਜਾਵੇ ਅਸੀਂ ਕਦੇ ਵੇਖੇ ਕਿ ਟਾਈਮ ਬੁਰਾ ਜਾਂ ਮੰਦਾ ਜਾਂ ਚੰਗਾ ਤੁਰ ਪੈਂਦੇ ਨੇ ਅਸੀਂ ਆਏ ਹਾਂ ਅਤੇ ਸਾਡੇ ਪਿੱਛੇ ਹੈ ਨੇ ਆਹੋ ਮੈਂ ਜੁੱਤ ਨਹੀਂ ਪਈ ਤੂੰ ਪੈ ਜਾਏ ਬਕ 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 ਲਾਈ ਦੀ ਇਸ ਤਰ੍ਹਾਂ ਮੈਂ ਕਿਹਾ ਉਹਨੇ ਕਿਹਾ ਬਚੋ ਗੁੱਸੇ 'ਚ ਨਾ ਹੈ ਮੈਂ ਤੂੰ ਆ ਬਕ 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 ਉਦੋਂ ਦਾ ਮੇਰੇ ਨਾਲ ਆਇਆ ਮੈਂ ਇਹ ਜਿਹੜੀ ਹੈ ਨਾ ਇਹ ਤਾਂ ਬੜੀ ਚੰਗੀ ਧੀ ਮੈਂ ਬੜੀ ਚੰਗੀ ਤੂੰ ਜਿਹੜੀ ਬੜੀ ਬਦਤਮੀਜ਼ ਮੈਂ ਜਾਂਦਿਆਂ ਕੋਈ ਤੈਨੂੰ ਨਿਸ਼ਾਨੀ ਦੇ ਜੀ ਮੈਂ ਤੁਹਾਡੇ ਕੋਲ ਹੈ ਕੱਖ ਨਹੀਂ ਨਿਸ਼ਾਨੀ ਤੁਹਾਨੂੰ ਮੈਂ ਚਾਹੀਦੀ ਤਾਂ ਅਸੀਂ ਦਈਏ ਤੁਹਾਨੂੰ ਹੱਥ ਜੋੜ ਕੇ ਜਾਂ ਇੱਥੇ ਹੈ ਨਾ ਦਰਬਾਰ ਕੀ ਹੋ ਗਿਆ ਕੋਈ ਤਕਰੀਬਨ ਕਣਕਾਂ ਦੀ ਭਾਰ ਹੀ ਨਹੀਂ ਭਾਰ ਮੈਨੂੰ ਯਾਦ ਨਹੀਂ ਡੇਢ ਕੁ ਦਾ ਟਾਈਮ ਹੋਇਆ ਨਾ ਇੱਥੇ ਹੀ ਹਮੇ ਲੰਮਾ ਪਿਆ ਗਿਆਨ ਲੰਬੜ ਬਸ਼ੀਰ ਦੇ ਡੇਰੇ ਨਲਕੇ ਤਾਂ ਮੈਂ ਕੀਤਾ ਬੋਲ ਉਦੋਂ ਕਰਕੇ ਮੈਂ ਚੱਲ ਜ਼ਰੂਰ ਆ ਦਰਬਾਰ ਚ ਦਰਬਾਰ ਗਿਆਨ ਸ਼ਾਂ ਸ਼ਾਂ ਹਨੇਰੀ ਰਾਤ ਸ਼ਾਂ ਸ਼ਾਂ ਹੋਇਆ ਪਿਆ ਮੈਂ ਸ਼ਰੀਰ ਆਹੀ ਟਾਈਮ ਹੀ ਮੌਕਾ ਹੀ ਥੱਲੇ ਬਣਦਾ ਕੋਈ ਰਾਜ ਇਨ ਸ਼ਾ ਅੱਲਾ ਲੱਭ ਜਾਏਗਾ ਕੋਈ ਨਾ ਕੋਈ ਲੱਭ ਜਾਏਗਾ ਲੱਭ ਕੇ ਜਾਵਾਂ ਲੱਭ ਕੇ ਜਾਵਾਂ ਜੇ ਆ ਜੀ ਅਦਲ ਕੁੱਤੀ ਇੱਥੋਂ ਸ਼ੁਰੂ ਕੀਤੀ ਉਹ 'ਚ ਜਾ ਖਤਮ ਹੋਏ ਦੂਰੋਂ ਸ਼ੀਰ ਸ਼ੁਰੂ ਕਰ ਲਿਆ ਉਹ ਅਗਲੀ ਥਾਂ ਖਤਮ ਹੋਇਆ ਫਿਰ ਦੂਰੋਂ ਸ਼ੀਰ ਸ਼ੁਰੂ ਕਰ ਦਰਬਾਰ ਦੇ ਵਿੱਚ ਬਹਿ ਕੇ ਚਾਰ ਦਫ਼ਾ ਅਦਲ ਕੁਰਸੀ ਪੜ੍ਹ ਕੇ ਦਰੂਦ ਪੜ੍ਹ ਕੇ ਚਮੱਕੇ ਦਰਬਾਰ ਦੇ ਫੇਰਾ ਮਾਰ ਕੇ ਜਾ ਕੇ ਦਰਵਾਜ਼ੇ ਦੇ ਵਿੱਚ ਗਏ ਆ ਅੰਦਰ ਨਹੀਂ ਬਹਿਣਾ ਇੱਥੇ ਬਹਿਣਾ ਬਾਹਰ ਬਾਹਰ ਬਹਾਂਗੇ ਬੂਹੇ ਤੱਕ ਅੰਦਰਲੇ ਪਾਸੇ ਬਰਾਂਡੇ 'ਚ ਬਹਿ ਗਿਆ ਜੀ ਖੁਸ਼ਬੂਆਂ ਦੇ ਝੋਲੇ ਆਉਂ ਕਦੇ ਇੱਧਰ ਵੀ ਆ ਜਾ ਕਦੇ ਇੱਧਰ ਵੀ ਆ ਜਾ ਮੇਰੇ ਮੈਂ ਚੁੱਖੇ ਆਖਣਾ ਫੇਰਾ ਫੇਰਾ ਹੋਵੇ ਪਿਆ ਮੈਂ ਆਖਣਾ ਨੱਕਾਂ ਬੰਦ ਕਰਕੇ ਨਾ ਬਹਿ ਰਿਹਾ ਲੋਕ ਆਉਂਦੇ ਨੇ ਕਿਸੇ ਮਾਰ ਵੀ ਪਾਈ ਜਾਂਦੀ ਹੁੰਦੀ ਇੱਕ ਦੇਰ ਮੂੰਹ ਮੇਰਾ ਲੈਂਦੇ ਨੇ
ਇੱਧਰ ਨੂੰ ਮੂੰਹ ਅਤੇ ਐਸ ਰੁਕਣ ਵਿੱਚ ਇੱਕ ਪਾਸੇ ਨਾਲ ਦਰਬਾਰ ਬੂਹੇ ਦੇ ਨਾਲ ਐਸ ਰਹਿਣਾ ਮੈਂ ਢੋ ਲਾ ਕੇ ਨਾ ਐਸਰਾ ਕਰਕੇ ਪੈ ਕਰਨਾ ਮੈਂ ਪੜ੍ਹੀ ਜਾਵਾਂ ਪੜ੍ਹੀ ਜਾਵਾਂ ਪੜ੍ਹੀ ਜਾਵਾਂ ਪੜ੍ਹੀ ਜਾਵਾਂ ਤਾਂ ਇੱਥੋਂ ਮੈਨੂੰ ਫੜ ਲਿਆ ਫੜ ਲਿਆ ਤਾਂ ਕਹਿੰਦੇ ਨੇ ਹੋਸ਼ ਕਰ ਹੋਸ਼ ਕਰ ਅੱਖਾਂ ਨਾ ਵਾ ਪੁੱਟੀਆਂ ਕਹਿੰਦੇ ਅੱਖਾਂ ਪੁੱਟਦਾ ਤਾਂ ਫਿਰ ਤਾਂ ਸਾਰੇ ਹਿਸਾਬ ਕਰਨ ਜਾਇਆ ਤੁਰ ਜੇ ਨਹੀਂ ਮੇਰਾ ਇੱਥੋਂ ਫੜ ਕੇ ਨਾ ਦੂਸਰੇ ਹੱਥ ਨਾਲ ਕਹਿੰਦੇ ਨੇ ਘਬਰਾਉਣਾ ਨਹੀਂ ਹੈ ਜੇ ਇੱਦਾਂ ਤਾਂ ਤੂੰ ਪੱਕਾ ਜਿੱਥੇ ਤੂੰ ਹੈ ਹੈ ਉੱਥੋਂ ਵੀ ਸਾਨੂੰ ਪਤਾ ਤੇ ਜਦੋਂ ਤੂੰ ਤੁਰਿਆ ਸਾਨੂੰ ਉਦੋਂ ਹੀ ਪਤਾ ਬਾਕੀ ਹੈ ਕਿ ਮੰਜ਼ਲ ਬੜੀ ਔਖੀ ਹੈ ਔਖੀ ਹੈ ਬਾਕੀ ਹੈ ਕਿ ਤੂੰ ਮਹਿਸੂਸ ਨਹੀਂ ਕਰ ਤੂੰ ਉੱਚਾ ਨੀਵਾਂ ਥਾਂ ਨਹੀਂ ਬੈਠਦਾ ਥੋੜ੍ਹਾ ਪਿਛਾਲ ਮਾਰ ਲੈਂਦਾ ਜਾ ਜਿੱਥੇ ਮਰਜ਼ੀ ਪੈ ਅਤੇ ਅੱਖਾਂ ਮੇਰੀਆਂ ਬੰਦ ਇਸ ਤਰ੍ਹਾਂ ਨਾ ਇਸ ਤਰ੍ਹਾਂ ਕਿ ਪੈਸਿਆਂ ਦੀ ਬੜੀ ਠੱਡੀ ਲੱਗੀ ਸੀ ਜਮਾਉਂਦੇ ਨੇ ਬੱਚਿਆ ਅੱਖਾਂ ਖੋਲਾ ਮੇਰੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਲੱਤਾਂ ਦੇ ਵਿੱਚ ਇਸ ਤਰ੍ਹਾਂ ਨਾ ਅੱਧਾ ਉੱਧਰ ਤੇ ਅੱਧਾ ਉੱਧਰ ਜਿਹੜਾ ਅਸੀਂ ਥੱਲੇ ਧਿਆਨ ਮਾਰਿਆ ਨਾ ਮੈਂ ਦਿਲ ਇੰਨੀ ਇੰਨੇ ਚਿਰ ਤਾਂ ਤੂੰ ਨਹੀਂ ਘਬਰਾਇਆ ਤੂੰ ਇਹਦੇ ਕੋਈ ਘਬਰਾਉਣੀ ਇਹਨੇ ਤੈਨੂੰ ਕੀ ਆਖੀ ਮੈਂ ਜਾ ਸਾਈ ਅੱਲਾ ਲਿਓ ਹੁਣ ਸਾਨੂੰ ਕੀ ਆਉਂਦੇ ਹੋ ਸਭ ਬੁਰੀ ਗੱਲ ਉੱਠਿਆ ਤੈਂ ਪਸੀਨਾ ਕਮੀਜ਼ ਸਲਵਾਰ ਅਤੇ ਬਨੈਨ ਥੱਲੇ ਨਿਚੜ ਗਏ ਉੱਠਿਆ ਜਾ ਕੇ ਪਿਆਲਾ ਲਿਆਏ ਅੰਦਰੋਂ ਪਿਆਲਾ ਲੈ ਕੇ ਪਾਣੀ ਪਿਆਲਾ ਤਰੇ ਪਿਆਲੇ ਪਾਣੀ ਪਿਆਲਾ ਪਾਵਾਂ ਮੂੰਹ ਛੱਡਾ ਹੀ ਉਦੋਂ ਜਦੋਂ ਮੁੱਕ ਜਾਏ ਤਰੇ ਪਿਆਲੇ ਪੀਤੇ ਹੈ ਤੇ ਥੋੜ੍ਹਾ ਜਿਹਾ ਉਹ ਸੂਖ ਮੈਨੂੰ ਠੰਡ ਲੱਗਣਾ ਪਸੀਨਾ ਖੁਸ਼ ਆਹੋ ਫਿਰ ਪਸੀਨਾ ਆਇਆ ਫਿਰ ਠੰਡ ਲੱਗਦੀ ਹੈ ਆ ਗਿਆ ਇੱਥੇ ਪੈਲੀ ਜੀ ਨੀਂਦਰ ਕਿੱਥੇ ਆਵੇ ਨੀਂਦਰ ਨਹੀਂ ਆਉਂਦੀ ਮੈਨੂੰ ਆ ਕੇ ਨਾ ਬਿਸਤਰੇ ਜਿਹਨਾਂ ਨੂੰ ਬਹਿ ਗਿਆ